असी बड़ी बार कह चुके हैं भी असी किसी तरीके दे टकराव नहीं आना चाहते, पर जे साडे सिंघां नूं इस तरीके नाल कल्लां कल्लां करके चुकना है तो फिर आप एक करी वेख ही लईए कट्ठे होके भी की किहड़े भाव वेखदी है, क्योंकि भाई दियां नूं वाण इक्को जिहे हुंदे आ। समा वो आ रहा है जिथे जे असी सिर धरती बाजी लाने के काबिल नहीं ते उस खड़ च डिगांगे जिथों निकलना औखा हो जाओ, ते जिहड़ा सानू साधुगुर दा रूप सानू नहीं पसंद सानी बच्चियां नूं नहीं पसंद ते फिर असीं जे सवाल करदे साडी नसल नहीं बदली, नसल खुशी इहो ही हुंदी है। ਜਿਹੜੇ ਪੁਰਾਣੇ ਬੰਦੀ ਸਿੰਘ ਉਹ ਵੀ ਕਢਾਉਣੇ ਆ, ਪਰ ਇਹਦਾ ਅਰਥ ਇਹ ਨਹੀਂ ਵੀ ਪੁਰਾਣੇ ਕੱਢ ਕੇ ਤੇ ਨਵੇਂ ਭਰਤੀ ਕਰੇ ਜਾਣ, ਕਿਉਂਕਿ ਜਿਹੜੇ ਸਾਡੇ ਸਿੰਘ ਆ ਜੇ ਪੁਲਿਸ ਤਰ੍ਹਾਂ ਤੇ ਇਹਨਾਂ ਨੂੰ ਰਿਹਾ ਨਹੀਂ ਕਰਦੀ, ਇਹ ਪਿੰਡ ਜੱਲੂਪੁਰ ਖੇੜੇ ਜਿਹੜਾ ਸਾਡਾ ਨਗਰ ਹੈ ਇੱਥੇ ਵੱਧ ਤੋਂ ਵੱਧ ਪਹੁੰਚੋ, ਉਸ ਤੋਂ ਬਾਅਦ ਕੀ ਕਰਨਾ ਫਿਰ ਆਪਾਂ ਇੱਥੇ ਬੈਠ ਕੇ ਗੁਰਮਤਾ ਕਰਾਂਗੇ। ਫਿਰ ਅਸੀਂ ਤੇ ਇੱਕ ਅੱਖਰ ਤੇ ਸਮਝੌਤਾ ਨਹੀਂ ਕਰਦੇ, ਕਿਉਂਕਿ ਧਰਤੀ ਬੰਦੇ ਦਾ ਕੰਮ ਨਹੀਂ ਕਿ ਮੁਸ਼ਕਲ ਪੈਰ ਦੇ ਉੱਤੇ ਉਹ ਸਮਝੌਤੇ ਵਾਲੇ ਪਾਸੇ ਤੁਰ ਪਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰੇ ਅਜਨਾਲੇ ਦੀ ਪੁਲਿਸ ਨੇ ਸਾਡਾ ਇੱਕ ਸਿੰਘ ਜਿਹੜਾ ਗੁਰਦਾਸਪੁਰ ਤੋਂ ਸਾਡਾ ਜ਼ਿਲ੍ਹਾ ਜਥੇਬੰਦੀ ਦਾ ਸੇਵਾਦਾਰ ਵੀ ਹੈ ਉਹਨੂੰ ਘਰੋਂ ਚੁੱਕਿਆ, ਨਾਲ ਇੱਕ ਹੋਰ ਸਿੰਘ ਉਹਨੂੰ ਚੁੱਕਿਆ ਲਵਪ੍ਰੀਤ ਸਿੰਘ ਤੂਫਾਨ ਅਤੇ ਦੂਸਰਾ ਸਿੰਘ ਜਿਹੜਾ ਨੌਜਵਾਨ ਸੰਧੂ, ਉਹਨਾਂ ਦੋਨਾਂ ਨੂੰ ਘਰੋਂ ਚੁੱਕਿਆ। ਇਹ ਕਿਸੇ ਅਜਨਾਲੇ ਦੀ ਝੂਠਾ ਜਿਹੜਾ ਇਹਨਾਂ ਨੇ ਪਰਚਾ ਪਾਇਆ ਕਿਸੇ ਨੌਜਵਾਨ ਦੇ ਕਹਿਣ ਦੇ 'ਤੇ ਵੀ ਉਹਨੂੰ ਅਗਵਾਹ ਕੀਤਾ ਗਿਆ ਸੀ, ਉਸ ਸਿਲਸਿਲੇ 'ਚ ਇਹਨਾਂ ਦੋਵਾਂ ਨੂੰ ਘਰੋਂ ਗ੍ਰਿਫਤਾਰ ਕੀਤਾ। ਪੁਲਿਸ ਨੂੰ ਅਸੀਂ ਬੜੀ ਵਾਰ ਕਹਿ ਚੁੱਕੇ ਹਾਂ ਵੀ ਅਸੀਂ ਕਿਸੇ ਤਰੀਕੇ ਦੇ ਟਕਰਾਅ 'ਚ ਨਹੀਂ ਆਉਣਾ ਚਾਹੁੰਦੇ, ਪਰ ਜੇ ਸਾਡੇ ਸਿੰਘਾਂ ਨੂੰ ਇਸ ਤਰੀਕੇ ਨਾਲ ਕੱਲਿਆਂ ਕੱਲਿਆਂ ਕਰਕੇ ਚੁੱਕਣਾ ਹੈ ਤਾਂ ਫਿਰ ਆਪਾਂ ਇੱਕ ਵਾਰੀ ਵੇਖ ਹੀ ਲਈਏ ਇਕੱਠੇ ਹੋ ਕੇ ਵੀ ਕੀ ਕਿਹੜੇ ਭਾਅ ਵੇਖਦੀ ਹੈ, ਕਿਉਂਕਿ ਭਾਈ ਦੇ ਨੂੰ ਵਾਹਣ ਇੱਕੋ ਜਿਹੇ ਹੁੰਦੇ ਆ। ਸੋ ਸਾਰੀ ਸੰਗਤ ਨੂੰ ਪਹਿਲਾਂ ਤਾਂ ਮੇਰੀ ਅਪੀਲ ਹੈ ਵੀ ਤੁਸੀਂ ਜਿਹੜਾ ਇਹ ਪਿੰਡ ਜੱਲੂਪੁਰ ਖੇੜੇ ਜਿਹੜਾ ਸਾਡਾ ਨਗਰ ਹੈ ਇੱਥੇ ਵੱਧ ਤੋਂ ਵੱਧ ਪਹੁੰਚੋ, ਉਸ ਤੋਂ ਬਾਅਦ ਕੀ ਕਰਨਾ ਫਿਰ ਆਪਾਂ ਇੱਥੇ ਬੈਠ ਕੇ ਗੁਰਮਤਾ ਕਰਾਂਗੇ, ਕਿਉਂਕਿ ਜਿਹੜੇ ਸਾਡੇ ਸਿੰਘ ਆ ਜੇ ਪੁਲਿਸ ਤਰ੍ਹਾਂ ਤੇ ਇਹਨਾਂ ਨੂੰ ਰਿਹਾ ਨਹੀਂ ਕਰਦੀ ਤੇ ਫਿਰ ਵੱਡੇ ਪੱਧਰ ਤੇ ਐਕਸ਼ਨ ਅਸੀਂ ਕੋਈ ਨਾ ਕੋਈ ਲੀਕਾਂਗੇ ਪੰਜਾਬ ਦੇ ਵਿੱਚ। ਸਾਰੀ ਸੰਗਤ ਨੂੰ ਦੁਬਾਰਾ ਅਪੀਲ ਹੈ ਵੀ ਵੱਧ ਤੋਂ ਵੱਧ ਨੇੜਲੀ ਸੰਗਤ ਵੀ ਤੇ ਦੂਰੋਂ ਦਰੇਡਿਓ ਵੀ ਸੰਗਤ ਜਿਹੜੀ ਹੈ ਜੱਲੂਪੁਰ ਖੇੜੇ ਜਿਹੜਾ ਗੁਰਦੁਆਰਾ ਸਾਹਿਬ ਬਾਬਾ ਕਾਲਾ ਮਹਿਰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ। ਬੇਨਤੀਆਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬੜੀ ਵਾਰ ਇਹ ਕਹਿ ਚੁੱਕੇ ਹਾਂ ਵੀ ਅਸੀਂ ਕਿਸੇ ਤਰੀਕੇ ਦੇ ਟਕਰਾਅ 'ਚ ਨਹੀਂ ਆਉਣਾ ਚਾਹੁੰਦੇ, ਪਰ ਜੇ ਸਾਡੇ ਸਿੰਘਾਂ ਨੂੰ ਇਸ ਤਰੀਕੇ ਨਾਲ ਕੱਲਿਆਂ ਕੱਲਿਆਂ ਕਰਕੇ ਚੁੱਕਣਾ ਹੈ ਤੇ ਫਿਰ ਆਪਾਂ ਇੱਕ ਵਾਰੀ ਵੇਖ ਹੀ ਲਈਏ ਇਕੱਠੇ ਹੋ ਕੇ ਵੀ ਕੀ ਕਿਹੜੇ ਭਾਅ ਵੇਖਦੀ ਹੈ, ਕਿਉਂਕਿ ਭਾਈ ਦੇ ਨੂੰ ਵਾਹਣ ਇੱਕੋ ਜਿਹੇ ਹੁੰਦੇ ਆ। ਸਮਾਂ ਉਹ ਆ ਰਿਹਾ ਹੈ ਜਿੱਥੇ ਜੇ ਅਸੀਂ ਸਿਰ ਧਰਦੀ ਬਾਜੀ ਲਾਉਣ ਦੇ ਕਾਬਿਲ ਨਹੀਂ ਤੇ ਉਸ ਖੜ ਚ ਡਿੱਗਾਂਗੇ ਜਿੱਥੋਂ ਨਿਕਲਣਾ ਔਖਾ ਹੋ ਜਾਓ, ਤੇ ਜਿਹੜਾ ਸਾਨੂੰ ਸਾਧੂਗੁਰ ਦਾ ਰੂਪ ਸਾਨੂੰ ਨਹੀਂ ਪਸੰਦ ਸਾਨੀ ਬੱਚਿਆਂ ਨੂੰ ਨਹੀਂ ਪਸੰਦ ਤੇ ਫਿਰ ਅਸੀਂ ਜੇ ਸਵਾਲ ਕਰਦੇ ਸਾਡੀ ਨਸਲ ਨਹੀਂ ਬਦਲੀ, ਨਸਲ ਖੁਸ਼ੀ ਇਹੋ ਹੀ ਹੁੰਦੀ ਹੈ। ਜਿਹੜੇ ਪੁਰਾਣੇ ਬੰਦੀ ਸਿੰਘ ਉਹ ਵੀ ਕਢਾਉਣੇ ਆ, ਪਰ ਇਹਦਾ ਅਰਥ ਇਹ ਨਹੀਂ ਵੀ ਪੁਰਾਣੇ ਕੱਢ ਕੇ ਤੇ ਨਵੇਂ ਭਰਤੀ ਕਰੇ ਜਾਣ, ਕਿਉਂਕਿ ਜਿਹੜੇ ਸਾਡੇ ਸਿੰਘ ਆ ਜੇ ਪੁਲਿਸ ਤਰ੍ਹਾਂ ਤੇ ਇਹਨਾਂ ਨੂੰ ਰਿਹਾ ਨਹੀਂ ਕਰਦੀ, ਇਹ ਪਿੰਡ ਜੱਲੂਪੁਰ ਖੇੜੇ ਜਿਹੜਾ ਸਾਡਾ ਨਗਰ ਹੈ ਇੱਥੇ ਵੱਧ ਤੋਂ ਵੱਧ ਪਹੁੰਚੋ, ਉਸ ਤੋਂ ਬਾਅਦ ਕੀ ਕਰਨਾ ਫਿਰ ਆਪਾਂ ਇੱਥੇ ਬੈਠ ਕੇ ਗੁਰਮਤਾ ਕਰਾਂਗੇ। ਫਿਰ ਅਸੀਂ ਤੇ ਇੱਕ ਅੱਖਰ ਤੇ ਸਮਝੌਤਾ ਨਹੀਂ ਕਰਦੇ, ਕਿਉਂਕਿ ਧਰਤੀ ਬੰਦੇ ਦਾ ਕੰਮ ਨਹੀਂ ਕਿ ਮੁਸ਼ਕਲ ਪੈਰ ਦੇ ਉੱਤੇ ਉਹ ਸਮਝੌਤੇ ਵਾਲੇ ਪਾਸੇ ਤੁਰ ਪਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰੇ ਅਜਨਾਲੇ ਦੀ ਪੁਲਿਸ ਨੇ ਸਾਡਾ ਇੱਕ ਸਿੰਘ ਜਿਹੜਾ ਗੁਰਦਾਸਪੁਰ ਤੋਂ ਸਾਡਾ ਜ਼ਿਲ੍ਹਾ ਜਥੇਬੰਦੀ ਦਾ ਸੇਵਾਦਾਰ ਵੀ ਹੈ ਉਹਨੂੰ ਘਰੋਂ ਚੁੱਕਿਆ, ਨਾਲ ਇੱਕ ਹੋਰ ਸਿੰਘ ਉਹਨੂੰ ਚੁੱਕਿਆ ਲਵਪ੍ਰੀਤ ਸਿੰਘ ਤੂਫਾਨ ਅਤੇ ਦੂਸਰਾ ਸਿੰਘ ਜਿਹੜਾ ਨੌਜਵਾਨ ਸੰਧੂ, ਉਹਨਾਂ ਦੋਨਾਂ ਨੂੰ ਘਰੋਂ ਚੁੱਕਿਆ। ਇਹ ਕਿਸੇ ਅਜਨਾਲੇ ਦੀ ਝੂਠਾ ਜਿਹੜਾ ਇਹਨਾਂ ਨੇ ਪਰਚਾ ਪਾਇਆ ਕਿਸੇ ਨੌਜਵਾਨ ਦੇ ਕਹਿਣ ਦੇ 'ਤੇ ਵੀ ਉਹਨੂੰ ਅਗਵਾਹ ਕੀਤਾ ਗਿਆ ਸੀ, ਉਸ ਸਿਲਸਿਲੇ 'ਚ ਇਹਨਾਂ ਦੋਵਾਂ ਨੂੰ ਘਰੋਂ ਗ੍ਰਿਫਤਾਰ ਕੀਤਾ। ਪੁਲਿਸ ਨੂੰ ਅਸੀਂ ਬੜੀ ਵਾਰ ਇਹ ਕਹਿ ਚੁੱਕੇ ਹਾਂ ਵੀ ਅਸੀਂ ਕਿਸੇ ਤਰੀਕੇ ਦੇ ਟਕਰਾਅ 'ਚ ਨਹੀਂ ਆਉਣਾ ਚਾਹੁੰਦੇ, ਪਰ ਜੇ ਸਾਡੇ ਸਿੰਘਾਂ ਨੂੰ ਇਸ ਤਰੀਕੇ ਨਾਲ ਕੱਲਿਆਂ ਕੱਲਿਆਂ ਕਰਕੇ ਚੁੱਕਣਾ ਹੈ ਤਾਂ ਫਿਰ ਆਪਾਂ ਇੱਕ ਵਾਰੀ ਵੇਖ ਹੀ ਲਈਏ ਇਕੱਠੇ ਹੋ ਕੇ ਵੀ ਕੀ ਕਿਹੜੇ ਭਾਅ ਵੇਖਦੀ ਹੈ, ਕਿਉਂਕਿ ਭਾਈ ਦੇ ਨੂੰ ਵਾਹਣ ਇੱਕੋ ਜਿਹੇ ਹੁੰਦੇ ਆ। ਸੋ ਸਾਰੀ ਸੰਗਤ ਨੂੰ ਪਹਿਲਾਂ ਤਾਂ ਮੇਰੀ ਅਪੀਲ ਹੈ ਵੀ ਤੁਸੀਂ ਜਿਹੜਾ ਇਹ ਪਿੰਡ ਜੱਲੂਪੁਰ ਖੇੜੇ ਜਿਹੜਾ ਸਾਡਾ ਨਗਰ ਹੈ ਇੱਥੇ ਵੱਧ ਤੋਂ ਵੱਧ ਪਹੁੰਚੋ, ਉਸ ਤੋਂ ਬਾਅਦ ਕੀ ਕਰਨਾ ਫਿਰ ਆਪਾਂ ਇੱਥੇ ਬੈਠ ਕੇ ਗੁਰਮਤਾ ਕਰਾਂਗੇ, ਕਿਉਂਕਿ ਜਿਹੜੇ ਸਾਡੇ ਸਿੰਘ ਆ ਜੇ ਪੁਲਿਸ ਤਰ੍ਹਾਂ ਤੇ ਇਹਨਾਂ ਨੂੰ ਰਿਹਾ ਨਹੀਂ ਕਰਦੀ ਤੇ ਫਿਰ ਵੱਡੇ ਪੱਧਰ ਤੇ ਐਕਸ਼ਨ ਅਸੀਂ ਕੋਈ ਨਾ ਕੋਈ ਲੀਕਾਂਗੇ ਪੰਜਾਬ ਦੇ ਵਿੱਚ। ਸਾਰੀ ਸੰਗਤ ਨੂੰ ਦੁਬਾਰਾ ਅਪੀਲ ਹੈ
ਵੱਧ ਤੋਂ ਵੱਧ ਨੇੜਲੀ ਸੰਗਤ ਵੀ ਤੇ ਦੂਰੋਂ ਦਰੇਡਿਓ ਵੀ ਸੰਗਤ ਜਿਹੜੀ ਹੈ ਜਿਲਪੁਰ ਖੇੜੇ ਜਿਹੜਾ ਗੁਰਦੁਆਰਾ ਸਾਹਿਬ ਬਾਬਾ ਕਾਲਾ ਮਹਿਰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ। ਬੇਨਤੀ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।